ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ 9 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਨੀਲਮ ਨਾਮ ਦੀ ਲੇਡੀਜ਼ ਜੋ ਕਿ ਤਰਨ ਤਾਰਨ ਦੀ ਰਹਿਣ ਵਾਲੀ ਹੈ, ਇਹ ਆਪਣੇ ਕਿਸੇ ਕੰਮ ਕਰਨ ਲਈ ਉਸ ਦਿਨ ਅੰਮ੍ਰਿਤਸਰ ਵਿਖੇ ਆਏ ਹੋਏ ਸਨ। ਜਦੋਂ ਇਹ ਸ਼ਾਮ ਦੇ ਕਰੀਬ 7 ਵਜੇ DC ਸਾਹਿਬ ਦੀ ਰੈਜ਼ੀਡੈਂਸ ਜੋ ਕਿ ਚੌਂਕੀ ਗ੍ਰੀਨ ਐਵਨਿਊ ਦੇ ਵਿੱਚ ਪੈਂਦੀ ਹੈ, ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐਕਟਿਵਾ 'ਤੇ ਆਉਂਦਾ ਵਾ, ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮੋਮੀ ਲਿਫਾਫਾ ਸੀ ਉਹ ਇਹਨਾਂ ਤੋਂ ਖੋਹ ਕੇ ਫਰਾਰ ਹੋ ਜਾਂਦਾ ਵਾ। ਇਸ ਮੋਮੀ ਲਿਫਾਫੇ ਦੇ ਵਿੱਚ ਜੋ ਸਾਡੇ ਮਦਈ ਮੁਕੱਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮੁਤਾਬਕ ਇਸ ਵਿੱਚ ਉਹਨਾਂ ਦਾ ਪਰਸ, ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ 2 ਮੋਬਾਈਲ ਫੋਨਸ, ਇਸ ਤੋਂ ਇਲਾਵਾ ਇਹਨਾਂ ਦੇ ਅਲੱਗ ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, ਹੋਰ ਵੀ ਇਹਨਾਂ ਦੇ ATM ਕਾਰਡਸ ਵੀ ਸਨ। ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ। 11 ਤਰੀਕ ਨੂੰ ਜਦੋਂ ਸਾਨੂੰ ਇਤਲਾਹ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379B ਦੇ ਤਹਿਤ FIR ਨੰਬਰ 60/24 ਦਰਜ ਕਰਦੇ ਹਾਂ। ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ ਵੱਖ ਟੀਮਾਂ ਅਲੱਗ ਅਲੱਗ CCTV, ਹੋਰ ਹਿਊਮਨ ਇੰਟੈਲੀਜੈਂਸ ਅਤੇ ਹੋਰ ਟੈਕਨੀਕਲਾਂ ਆਧਾਰ 'ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਛ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ, ਜਿਸ ਵਿੱਚ ਅਸੀਂ ਜੋ ਦੋਸ਼ੀ ਮਨਜੀਤ ਸਿੰਘ ਉਰਫ ਮਾਨ, ਪੁੱਤਰ ਅਵਤਾਰ ਸਿੰਘ, ਵਾਸੀ ਦਰਸ਼ਨ ਐਵਨਿਊ ਦੁਬੁਰਜੀ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ, ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ। ਇਸ ਕੋਲੋਂ ਜੋ ਖੋਹ ਕੀਤਾ ਪਰਸ ਸੀ, ਕਾਲੇ ਰੰਗ ਦਾ ਪਰਸ ਜਿਸ ਵਿੱਚ 2 ਮੋਬਾਈਲ ਫੋਨ ਅਤੇ ਅਲੱਗ ਅਲੱਗ ਤਰ੍ਹਾਂ ਦੇ ਆਈਡੈਂਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿੱਤੇ ਜਾਂਦੇ ਨੇ। ਜਿਸ ਐਕਟਿਵਾ ਦਾ ਪ੍ਰਯੋਗ ਕਰਕੇ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਐਕਟਿਵਾ ਵੀ ਰਿਕਵਰ ਕਰ ਲਿੱਤੀ ਜਾਂਦੀ ਹੈ ਅਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨ ਦਾ ਰਿਮਾਂਡ ਮਿਲਦਾ ਵਾ। 3 ਦਿਨ ਦੇ ਰਿਮਾਂਡ ਦੇ ਦੌਰਾਨ ਸਾਡੇ SHO ਸਿਵਲ ਲਾਈਨਸ ਇੰਸਪੈਕਟਰ ਜਸਵੀਰ ਸਿੰਘ, ਚੌਂਕੀ ਇੰਚਾਰਜ ਗ੍ਰੀਨ ਐਵਨਿਊ, ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਕੋਸ਼ਿਸ਼ ਕਰਕੇ ਇਸ ਕੋਲੋਂ ਇਹ 2 ਮੋਬਾਈਲ ਫੋਨਾਂ ਦੇ ਇਲਾਵਾ 7 ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸਨੇ ਅਲੱਗ ਅਲੱਗ ਜਗ੍ਹਾ ਚੋਰੀ ਜਾਂ ਸਨੈਚ ਕੀਤੇ ਹੁੰਦੇ ਆ। ਸੋ ਹੁਣ ਤੱਕ ਇਸ ਕੋਲੋਂ 9 ਅਸੀਂ ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਹਾਂ। ਜੋ ਐਕਟਿਵਾ ਇਹ ਪ੍ਰਯੋਗ ਕਰ ਰਿਹਾ ਸੀ ਇਹ ਐਕਟਿਵਾ ਵੀ ਇਸਦੀ ਚੋਰੀ ਦੀ ਹੈ, ਸੋ ਐਕਟਿਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਇਸਨੇ ਪਿਛਲੇ ਟਾਈਮ 'ਚ ਬੱਸ ਸਟੈਂਡ ਤੋਂ ਚੋਰੀ ਕੀਤੀ ਸੀ। ਸੋ ਹੁਣ ਤੱਕ ਇਸ ਕੋਲੋਂ 9 ਮੋਬਾਈਲ ਫੋਨ, 1 ਐਕਟਿਵਾ ਅਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ਾਤ ਸਨ ਉਸਦੇ ਡਾਕੂਮੈਂਟ ਸਨ, ATM ਕਾਰਡ ਸਨ, ਸੋ ਸਾਰੇ ਰਿਕਵਰ ਕਰ ਲਏ ਗਏ ਨੇ ਅਤੇ ਟੀਮ ਨੇ ਕੁਛ ਹੀ ਘੰਟੇ ਦੇ ਵਿੱਚ ਇਹ ਬਹੁਤ ਜੋ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਨੂੰ ਟਰੇਸ ਕਰ ਲਿਆ ਜੀ। ਸਰ ਇਸਦੀ ਬੈਕਗ੍ਰਾਉਂਡ ਕੀ ਹੈ? ਜੋ ਇਹ ਦੋਸ਼ੀ ਹੈ ਜੀ ਇਹ 36 ਸਾਲ ਦਾ ਹੈ, ਇਸਦੀ ਉਮਰ ਆ ਅਤੇ ਇਸਦੇ ਖਿਲਾਫ਼ ਪਹਿਲਾਂ ਵੀ 2 ਮੁਕੱਦਮੇ ਅਤੇ 1 ਪ੍ਰਿਵੈਂਟਿਵ ਐਕਸ਼ਨ ਦਰਜ ਹੈ। ਪਹਿਲਾਂ ਇਸਦੇ ਖਿਲਾਫ਼ ਸਦਰ ਥਾਣੇ ਵਿਖੇ 1 ਚੋਰੀ ਦਾ ਮੁਕੱਦਮਾ ਦਰਜ ਹੈ, ਇਸ ਤੋਂ ਇਲਾਵਾ ਸੁਲਤਾਨਵਿੰਡ ਥਾਣੇ ਵਿਖੇ ਇਸ ਦੇ ਖਿਲਾਫ਼ ਸਨੈਚਿੰਗ ਦਾ ਮੁਕੱਦਮਾ ਦਰਜ ਹੈ ਅਤੇ ਮਕਬੂਲਪੁਰੇ ਥਾਣੇ ਵਿਖੇ ਇਸ ਦੇ ਖਿਲਾਫ਼ 57 ਪ੍ਰਿਵੈਂਟਿਵ ਐਕਸ਼ਨ ਲਿਆ ਗਿਆ ਵਾ। ਸੋ ਇਹ ਇਸਦਾ ਜੋ ਬੈਕਗ੍ਰਾਊਂਡ ਆ ਉਹ ਵੀ ਕਾਫ਼ੀ ਕ੍ਰਿਮੀਨਲ ਬੈਕਗ੍ਰਾਊਂਡ ਆ ਅਤੇ ਇਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਵਾਰਦਾਤਾਂ ਇਸ ਕੋਲੋਂ ਟਰੇਸ ਹੋ ਸਕਦੀਆਂ ਨੇ। ਨਸ਼ੇ ਦਾ ਆਦੀ ਵੀ ਆ ਸਰ? ਬਿਲਕੁਲ ਜੀ, ਨਸ਼ੇ ਦਾ ਆਦੀ ਵੀ ਆ, ਕੋਈ ਕੰਮ ਵਿਹਲੜ ਕਿਸਮ ਦਾ ਨੌਜਵਾਨ ਆ, ਕੋਈ ਕੰਮ ਧੰਦੇ ਵਿੱਚ ਵੀ ਨਹੀਂ ਪਿਆ ਹੋਇਆ ਜਿਸ ਕਾਰਨ ਇਹ ਲੁੱਟਾਂ ਖੂਹਾਂ ਚੋਰੀ ਦੇ ਉੱਤੇ ਡਿਪੈਂਡੈਂਟ ਆ ਆਪਣੀ ਨਸ਼ੇ ਦੀ ਪੂਰਤੀ ਵਾਸਤੇ। ਜੋ ਇਸਨੇ ਵਾਰਦਾਤ ਸਾਡੇ ਗ੍ਰੀਨ ਐਵਨਿਊ ਚੌਂਕੀ ਦੇ ਏਰੀਆ ਵਿੱਚ ਕੀਤੀ ਸੀ ਉਸ ਵਿੱਚ ਇੱਕੋ ਸ਼ਖਸ ਅਨਨੋਨ ਦੇ ਖਿਲਾਫ਼ ਮੁਕੱਦਮਾ ਦਰਜ ਸੀ, ਇਹ ਉਸਦੇ ਵਿੱਚ ਇਕੱਲਾ ਹੀ ਮੌਜੂਦ ਸੀ, ਬਾਕੀ ਇਸ ਤੋਂ ਪੁੱਛਗਿੱਛ ਜਾਰੀ ਹੈ। ਅਗਰ ਇਸਦੇ ਗਰੋਹ 'ਚ ਹੋਰ ਕੋਈ ਨਾਮ ਵੀ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਊਗਾ ਅਤੇ ਹੋਰ ਵੀ ਸਮਾਨ ਕਵਰ ਕੀਤਾ ਜਾਊਗਾ। ਇਹ ਜੀ ਕੋਈ ਵੀ ਕੰਮ ਧੰਦਾ ਨਹੀਂ ਕਰਦਾ, ਬਿਲਕੁਲ ਵਿਹਲੜ ਕਿਸਮ ਦਾ ਵਾ, ਨਸ਼ੇ ਦਾ ਆਦੀ ਆ ਜਿਸ ਕਾਰਨ ਇਹੋ ਜਿਹੀਆਂ ਵਾਰਦਾਤਾਂ 'ਤੇ ਡਿਪੈਂਡੈਂਟ ਆ ਅਤੇ ਕੋਈ ਕੰਮ ਕਾਰ ਇਹਦਾ ਕਰਨ ਦਾ ਸਾਹਮਣੇ ਨਹੀਂ ਆ ਰਿਹਾ ਜੀ।
ਸਰ ਇਹ ਜਿਹੜੇ ਮੋਬਾਈਲ ਵਗੈਰਾ ਇੱਥੇ ਚੋਰੀ ਕਰਦਾ ਸੀ ਖੁੰਦਾ ਸੀ, ਇਹ ਗਾਂ ਵੇਚਦਾ ਕਿੱਥੇ ਕੁਝ ਪਤਾ ਲੱਗਿਆ ਵੀ ਕਿਹਨੇ ਦਿੰਦਾ? ਜੋ ਹਜੇ ਤੱਕ ਜੋ ਸਾਡੇ 9 ਮੋਬਾਈਲ ਰਿਕਵਰ ਹੋਏ ਨੇ ਇਹ ਇਸ ਦੇ ਕੋਲੋਂ ਹੀ ਰਿਕਵਰ ਹੋਏ ਨੇ, ਜੋ ਇਹ ਇਸਨੇ ਮਕਬੂਲਪੁਰਾ ਰੋਡ 'ਤੇ ਪੁਲ ਦੇ ਹੇਠਾਂ ਕਿਸੇ ਜਗ੍ਹਾ 'ਤੇ ਦੱਬੇ ਹੋਏ ਸਨ, ਉੱਥੋਂ ਰਿਕਵਰ ਕੀਤੇ ਗਏ ਨੇ। ਬਾਕੀ ਅਸੀਂ ਇਹ ਕਰਾਂਗੇ ਕਿ ਜੋ ਵੀ ਮੋਬਾਈਲ ਫੋਨਸ ਨੇ ਇਹਨਾਂ ਦੀ ਸਾਰੀ ਡਿਟੇਲਸ ਅਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੈਬਸਾਈਟ 'ਤੇ ਪਾਵਾਂਗੇ। ਇਸ ਤੋਂ ਇਲਾਵਾ ਇਹਨਾਂ ਮੋਬਾਈਲਸ ਦਾ IMEI ਸਰਚ ਵੀ ਲਾਇਆ ਜਾਊਗਾ ਤਾਂ ਕਿ ਅਸੀਂ ਇਹਨਾਂ ਦੇ ਅਸਲ ਮਾਲਕ ਦਾ ਪਤਾ ਕਰ ਸਕੀਏ, ਤਾਂ ਕਿ ਜਿਨ੍ਹਾਂ ਦੇ ਵੀ ਕਿਸੇ ਜਗ੍ਹਾ 'ਤੇ ਮੋਬਾਈਲ ਚੋਰੀ ਜਾਂ ਸਨੈਚ ਹੋਏ ਨੇ ਉਹ ਕੋਰਟ ਤੋਂ ਸਪੁਰਦਾਰੀ ਲੈ ਕੇ ਆਪਣੇ ਆਪਣੇ ਮੋਬਾਈਲ ਫੋਨ ਵਾਪਸ ਪਾ ਸਕਦੇ ਨੇ। ਥੈਂਕ ਯੂ।